ਵਿਸ਼ਕਰਮੇ ਦੇ ਬਾਰੇ ਤਾਂ ਜਿਹੜੇ ਹਿੰਦੂ ਮਤ ਵਾਲੇ ਨੇ ਉਹ ਬਹੁਤ ਜ਼ਿਆਦਾ ਆਸਥਾ ਰੱਖਦੇ ਆ, ਬਹੁਤ ਜ਼ਿਆਦਾ ਉਹਨਾਂ ਦੀ ਸ਼ਰਧਾ, ਅਤੇ ਦੀਵਾਲੀ ਤੋਂ ਅਗਲੇ ਦਿਨ ਇਸ ਦੀ ਬੜੇ ਪਿਆਰ ਦੇ ਨਾਲ ਉਹ ਪੂਜਾ ਕਰਦੇ। ਉਹਨਾਂ ਦੀ ਦੇਖਾ ਦੇਖੀ, ਹਿੰਦੂ ਮਤ ਵਾਲੇ ਤਾਂ ਇਸ ਦੀ ਪੂਜਾ ਬੇਸ਼ੱਕ ਕਰਨ, ਪਰ ਉਹਨਾਂ ਦੀ ਦੇਖਾ ਦੇਖੀ ਬਹੁਤ ਜਿਹੜੇ ਗੁਰੂ ਕੇ ਸਿੱਖ ਅਖਵਾਉਣ ਵਾਲੇ ਨੇ ਉਹ ਵੀ ਇਸ ਦਿਨ ਆਪਣੇ ਕੰਮ ਧੰਦੇ ਛੱਡ ਕੇ ਅਤੇ ਆਪਣੇ ਔਜ਼ਾਰਾਂ ਦੀ, ਆਪਣੇ ਹਥਿਆਰਾਂ ਦੀ ਪੂਜਾ ਕਰਨ ਵਿੱਚ ਲੱਗੇ ਹੁੰਦੇ ਨੇ, ਰੁੱਝੇ ਹੁੰਦੇ ਨੇ। ਅਤੇ ਜੇ ਅਸੀਂ ਥੋੜ੍ਹਾ ਜਿਹਾ ਇਹਦੇ ਪਿਛੋਕੜ ਵੱਲ ਔਰ ਗੁਰਬਾਣੀ ਦੇ ਆਧਾਰ 'ਤੇ ਵਿਚਾਰ ਕਰੀਏ ਤਾਂ ਇਹਦੀ ਕੀ ਸ਼ਖਸੀਅਤ ਹੈ ਅਤੇ ਕੀ ਇਹਦੀ ਹਸਤੀ ਹੈ ਉਹ ਸਾਨੂੰ ਸਹਿਜ ਹੀ ਪਤਾ ਲੱਗ ਜਾਂਦਾ। ਜੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸਮਝਣ ਦਾ ਯਤਨ ਕਰੀਏ ਕਿ ਇਹ ਜਿਹੜੀ ਸ੍ਰਿਸ਼ਟੀ ਕਿਹਨੇ ਅਤੇ ਕਦੋਂ ਬਣਾਈ, ਤਾਂ ਇਸ ਬਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੀ ਇਹ ਆਪਣਾ ਪਾਵਨ ਬਚਨ ਜਿਹੜਾ ਜਪਜੀ ਸਾਹਿਬ ਦੇ ਅੰਦਰ ਦਰਜ ਹੈ, ਅਸੀਂ ਹਰ ਰੋਜ਼ ਉਹਨੂੰ ਨਿਤਨੇਮ ਦੀ ਬਾਣੀ ਵਿੱਚ ਪੜ੍ਹਦੇ ਅਤੇ ਸੁਣਦੇ ਵੀ ਹਾਂ, ਪਰ ਪਤਾ ਨਹੀਂ ਅਸੀਂ ਅਮਲ ਕਿਉਂ ਨਹੀਂ ਕਰ ਰਹੇ, ਧਿਆਨ ਕਿਉਂ ਨਹੀਂ ਦੇ ਰਹੇ। ਉਹਦੇ ਅੰਦਰ ਤਾਂ ਸਤਿਗੁਰੂ ਜੀ ਨੇ ਇਹ ਗੱਲ ਕਹੀ ਕਿ ਜਦੋਂ ਇਸ ਸਾਰਾ ਕੁਝ ਬਣਿਆ, ਉਸ ਕਰਤਾਰ ਨੇ ਇਹ ਰਚਨਾ ਕੀਤੀ, ਇਸ ਬਾਰੇ ਕੋਈ ਨਹੀਂ ਜਾਣਦਾ ਕਿ ਉਦੋਂ ਵੇਲਾ ਕਿਹੜਾ ਸੀ, ਉਦੋਂ ਸਮਾਂ ਕਿਹੜਾ ਸੀ, ਉਦੋਂ ਥਿੱਤ ਕਿਹੜੀ ਸੀ, ਉਦੋਂ ਮਹੀਨਾ ਕਿਹੜਾ ਸੀ, ਉਦੋਂ ਵਾਰ ਕਿਹੜੀ ਸੀ। ਅਤੇ ਇਸ ਬਾਰੇ ਨਾ ਪੰਡਿਤ ਜਾਣਦਾ ਹੈ, ਨਾ ਕਾਜੀ ਜਾਣਦਾ ਹੈ, ਨਾ ਜੋਗੀ ਜਾਣਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਕਾਜ਼ੀਆਂ ਨੂੰ ਵੀ ਪਤਾ ਹੁੰਦਾ, ਮੁਸਲਮਾਨਾਂ ਨੂੰ ਪਤਾ ਹੁੰਦਾ, ਤਾਂ ਜਿਵੇਂ ਉਹਨਾਂ ਨੇ ਵੱਖ ਵੱਖ ਆਇਤਾਂ ਇਕੱਠੀਆਂ ਕਰਕੇ ਕੁਰਾਨ ਬਣਾਈ ਤਾਂ ਉਹਦੇ ਵਿੱਚ ਇੱਕ ਆਇਤ ਇਸ ਤਰ੍ਹਾਂ ਦੀ ਵੀ ਪਾਈ ਜਾ ਸਕਦੀ ਸੀ। ਇਸੇ ਤਰ੍ਹਾਂ ਜਿਹੜੇ ਜੋਗੀ ਲੋਕ ਨੇ ਉਹ ਵੀ ਇਸ ਬਾਰੇ ਕੁਛ ਨਹੀਂ ਇਲਮ ਰੱਖਦੇ। ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਪਾਵਨ ਬਚਨ ਕਰਦੇ ਨੇ। 21 ਨੰਬਰ ਪੌੜੀ ਅਸੀਂ ਪੜ੍ਹਦੇ ਹਾਂ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿੱਤ ਕਵਣ ਵਾਰ, ਕਵਣ ਸਰੁਤੀ ਮਹ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਲਿਖਣ ਲੇਖ ਕੁਰਾਨ, ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿੱਤ ਵਾਰ ਨਾ ਜੋਗੀ ਜਾਣ, ਰੁੱਤ ਮਾਹ ਨਾ ਕੋਈ ਜਾ ਕਰਤਾ। ਅਖੀਰ 'ਤੇ ਗੁਰਦੇਵ ਜੀ ਕਹਿੰਦੇ ਨੇ ਕਿ ਜਿਹੜਾ ਇਸ ਨੂੰ ਬਣਾਉਣ ਵਾਲਾ ਜਾ ਕਰਤਾ, ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ। ਅਤੇ ਜਦੋਂ ਅਸੀਂ ਬਾਣੀ ਦਾ ਇਹ ਪੱਖ ਦੇਖਿਆ ਕਿ ਉਹ ਆਪ ਹੀ ਜਾਣਦਾ ਹੈ, ਪਰ ਹਿੰਦੂ ਮਿਥਿਹਾਸ ਦੇ ਅਨੁਸਾਰ ਜਿਹੜਾ ਵਿਸ਼ਵਕਰਮਾ ਹੈ ਇਹਦੀ ਬਹੁਤ ਜ਼ਿਆਦਾ ਮਾਨਤਾ ਹੈ, ਲੋਕ ਇਸ ਨੂੰ ਆਪਣਾ ਇਸ਼ਟ ਸਮਝਦੇ ਨੇ, ਆਪਣਾ ਰਿਜ਼ਕ ਦਾਤਾ ਸਮਝਦੇ ਨੇ। ਅਤੇ ਜਦੋਂ ਇਸ ਪ੍ਰਥਾਏ ਭਾਈ ਕਾਨ ਸਿੰਘ ਜੀ ਦੇ ਨਾਭਾ ਦਾ ਮਹਾਨ ਕੋਸ਼ ਦੇਖਿਆ ਜਾਵੇ ਤਾਂ ਇਸ ਵਿਸ਼ਵਕਰਮਾ ਦੇ ਸਿਰਲੇਖ ਹੇਠ ਉਹਨਾਂ ਨੇ ਇਸ ਬਾਬਤ ਸੰਖੇਪ ਦੀ ਜਾਣਕਾਰੀ ਦਿੱਤੀ ਹੈ। ਇਸ ਨੂੰ ਕਿਹਾ ਗਿਆ ਸੰਸਾਰ ਰਚਣ ਵਾਲਾ ਕਰਤਾਰ। ਰਿਗਵੇਦ ਦੇ 2 ਮੰਤਰਾਂ ਵਿੱਚ ਵਿਸ਼ਵਕਰਮਾ ਦਾ ਵਰਣਨ ਹੈ ਕਿ ਇਸ ਦੇ ਹਰ ਪਾਸੇ ਮੂੰਹ, ਬਾਹਾਂ ਅਤੇ ਪੈਰ ਹਨ। ਸੰਸਾਰ ਰਚਣ ਵੇਲੇ ਇਹ ਆਪਣੀਆਂ ਬਾਹਾਂ ਤੋਂ ਕੰਮ ਲੈਂਦਾ ਹੈ, ਔਰ ਇਸ ਨੂੰ ਸਾਰੇ ਲੋਕਾਂ ਦਾ ਗਿਆਨ ਹੈ। ਇਸ ਬਾਬਤ ਮਹਾਂਭਾਰਤ ਅਤੇ ਪੁਰਾਣਾਂ ਵਿੱਚ ਦੇਵਤਿਆਂ ਦਾ ਚੀਫ ਦੱਸਿਆ ਗਿਆ। ਇਹ ਕੇਵਲ ਦੇਵਤਿਆਂ ਦੇ ਮਕਾਨ ਹੀ ਨਹੀਂ ਰਚਦਾ, ਕਿੰਤੂ ਦੇਵਤਿਆਂ ਦੇ ਸ਼ਸਤਰਾਂ ਅਸਤਰਾਂ ਨੂੰ ਵੀ ਇਹੀ ਬਣਾਉਂਦਾ ਹੈ। ਉਪਵੇਦ ਜਿਸ ਵਿੱਚ ਦਸਤਕਾਰੀ ਦੇ ਹੁਨਰ ਦੱਸੇ ਗਏ ਹਨ ਉਹ ਇਸੇ ਦਾ ਰਚਿਆ ਹੋਇਆ ਹੈ। ਮਹਾਂਭਾਰਤ ਵਿੱਚ ਇਸ ਦੀ ਬਾਬਤ ਇਉਂ ਲਿਖਿਆ ਹੈ ਕਿ ਦੇਵਤਿਆਂ ਦਾ ਪਤ ਗਹਿਣੇ ਘੜਨ ਵਾਲਾ ਵਧੀਆ ਕਾਰੀਗਰ, ਜਿਸ ਨੇ ਦੇਵਤਿਆਂ ਦੇ ਰੱਥ ਬਣਾਏ, ਜਿਸ ਦੇ ਹੁਨਰ 'ਤੇ ਪ੍ਰਿਥਵੀ ਖੜੀ ਹੈ ਅਤੇ ਜਿਸ ਦੀ ਸਦੀਪ ਪੂਜਾ ਕੀਤੀ ਜਾਂਦੀ ਹੈ। ਅਤੇ ਰਮਾਇਣ ਦੇ ਵਿੱਚ ਤਾਂ ਇੱਥੋਂ ਤੱਕ ਲਿਖਿਆ ਪਿਆ ਹੈ ਕਿ ਇਸ ਨੇ ਆਪਣੀ ਪੁੱਤਰੀ ਸੰਜਨਾ ਦਾ ਵਿਆਹ ਸੂਰਜ ਦੇ ਨਾਲ ਕਰ ਦਿੱਤਾ, ਪਰ ਜਦੋਂ ਸੰਜਨਾ ਸੂਰਜ ਦਾ ਤੇਜ ਸਹਾਰ ਨਾ ਸਕੀ ਅਤੇ ਫਿਰ ਇਸ ਵਿਸ਼ਵਕਰਮਾ ਨੇ ਕੀ ਕੀਤਾ ਕਿ ਸੂਰਜ ਨੂੰ ਆਪਣੇ ਖਰਾਤ 'ਤੇ ਚਾੜ ਕੇ ਉਸ ਦਾ 8ਵਾਂ ਭਾਗ ਛਿੱਲ ਦਿੱਤਾ, ਜਿਸ ਤੋਂ ਸੂਰਜ ਦੀ ਤਪਸ਼ ਜਿਹੜੀ ਗਰਮੀ ਹੈ ਉਹ ਘੱਟ ਹੋ ਗਈ ਅਤੇ ਸੂਰਜ ਦੇ ਜਿਹੜੇ ਲੱਥੇ ਹੋਏ ਛਿੱਲੜ ਸਨ, ਕਿਉਂਕਿ ਉਸ ਨੂੰ ਖਰਾਤ 'ਤੇ ਚਾੜਿਆ ਗਿਆ ਸੀ, ਅਤੇ ਜਿਹੜਾ ਕੁਝ ਉਹਦੇ ਨਾਲੋਂ ਲੱਥਾ ਉਹਦੇ ਤੋਂ ਵਿਸ਼ਵਕਰਮਾ ਨੇ ਕਹਿੰਦੇ ਨੇ ਕਿ ਵਿਸ਼ਨੂੰ ਦਾ ਚੱਕਰ ਅਤੇ ਸ਼ਿਵ ਦਾ ਤਰਸ਼ੂਲ ਅਤੇ ਕਰਤਿਗਿਆ ਦੀ ਬਰਸ਼ੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸਤਰ ਬਣਾਏ। ਅਤੇ ਇਸੇ ਤਰ੍ਹਾਂ ਇੱਕ ਹੋਰ ਗੱਲ ਜੁੜੀ ਹੋਈ ਹੈ ਕਿ ਜਿਹੜਾ ਜਗਨਨਾਥ ਦਾ ਬੁੱਤ ਵੀ ਇਸੇ ਕਾਰੀਗਰ ਦੀ ਹੱਥ ਦਾ ਕਮਾਲ ਹੈ। ਅਤੇ ਜੇ ਅਸੀਂ ਜਗਨਨਾਥ ਦੇ ਬਾਰੇ ਪੜ੍ਹੀਏ ਤਾਂ ਉੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਗਏ ਸਨ ਸੰਮਤ 1566 ਵਿੱਚ, ਅਤੇ ਉੱਥੇ ਹੀ ਸਤਿਗੁਰੂ ਜੀ ਨੇ ਇਹ ਜਿਹੜਾ
जिस नूं असीं पुरी भी कहिंदे आ, उत्थे ही ये बचन उच्चारण किए सन गगन मै थाल वाला। तो सतगुरु जी की याद के उत्थे एक जगह भी है, गुरद्वारा साहब भी है। तो जदों इस जगह के